ਸਤਨਾਮ ਵਾਹਿਗੁਰੂ 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 ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ 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 ਵੱਡੇ ਭਾਗ ਗੁਰਮੁਖ ਹਰ ਲੈਣਾ ਵੱਡੇ ਭਾਗ ਗੁਰਮੁਖ ਹਰ ਲੈਣਾ ਨਾਮ ਜਪੋ ਮੇਰੇ ਸਾਜਨ ਸੈਨਾ 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 ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਾਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੋਰ ਅੱਛਾ ਨਿਜ ਕਰ ਦੈ ਕਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਿਕਾਰਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ
ਗੁਰੂ ਕਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਸਾਹਿਬ ਜੀ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਅਤਿਅੰਤ ਹੀ ਵਡਭਾਗੀ ਹਾਂ ਖੁਸ਼ ਨਸੀਬ ਹਾਂ ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਰੂਪ ਚਾਵਰ ਛਤਰ ਤਖਤ ਦੇ ਮਾਲਕ ਲੋਕ ਪਰਲੋਕ ਦੀਆਂ ਦਾਤਾਂ ਬਖਸ਼ਣ ਵਾਲੇ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਵਿੱਚ ਸੁਸ਼ੋਭਿਤ ਹੋ ਕੇ ਸੰਧਿਆ ਦੇ ਨਿਤਨੇਮ ਸੋਦਾ ਰਹਿਰਾਸ ਬਾਣੀ ਦੇ ਪਾਠ ਅਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸਾਹਿਬੇ ਕਮਾਲ ਸਾਹਿਬੇ ਜਮਾਲ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰ ਇਤਿਹਾਸ ਆਪ ਜੀ ਗੁਰੂ ਪਿਆਰੇ ਗੁਰੂ ਸਵਾਰਿਆਂ ਦੀ ਰਸਨਾ ਤੋਂ ਬੜੇ ਪ੍ਰੇਮ ਪਿਆਰ ਦੇ ਨਾਲ ਹਜ਼ੂਰ ਦਾ ਇਤਿਹਾਸ ਸਰਵਣ ਕੀਤਾ ਹੈ। ਇਸ ਦੇ ਨਾਲ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਚੌਪਈ ਸਾਹਿਬ ਬਾਣੀ ਦਾ ਜੋ ਕੱਲ੍ਹ ਤੋਂ ਆਪਾਂ ਵਿਚਾਰ ਪ੍ਰਾਰੰਭ ਕੀਤਾ ਹੈ ਜਿਸ ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਾਨੂੰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕਰਕੇ ਹਜ਼ੂਰ ਨੇ ਖਾਲਸੇ ਦੀ ਜਿੱਥੇ ਰਹਿਤ ਦ੍ਰਿੜਾਈ ਹੈ ਉੱਥੇ ਨਾਲ ਨਾਲ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਗੁਰਸਿੱਖ ਨੂੰ ਸਦੈਵੀ ਨਿਤਨੇਮ ਪਾਠ ਕਰਨ ਦਾ ਹੁਕਮ ਕੀਤਾ। ਜਪਜੀ ਸਾਹਿਬ ਜਾਪ ਸਾਹਿਬ ਸੁਧਾ ਸਵਈਏ ਚੌਪਈ ਅਤੇ ਆਨੰਦ ਸਾਹਿਬ ਸ਼ਾਮ ਦਾ ਨਿਤਨੇਮ ਸੋਦਾ ਰਹਿਰਾਸ ਬਾਣੀ ਦਾ ਪਾਠ ਅਤੇ ਰਾਤ ਨੂੰ ਸੌਣ ਦੇ ਸਮੇਂ ਸੋਹਲੇ ਬਾਣੀ ਦਾ ਪਾਠ ਹਰ ਇੱਕ ਗੁਰਸਿੱਖ ਨੂੰ ਸਤਿਗੁਰੂ ਜੀ ਦੇ ਵੱਲੋਂ ਇਹ ਨਿਤਨੇਮ ਪਾਠ ਕਰਨ ਦਾ ਹੁਕਮ ਹੈ। ਇਸ ਦੇ ਵਿੱਚੋਂ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਨੇ ਜੋ ਖੰਡੇ ਵਾਟੇ ਦੀ ਪਾਹੁਲ ਬਖਸ਼ੀ ਉਸ ਦੇ ਵਿੱਚੋਂ ਤਿੰਨ ਬਾਣੀਆਂ ਦਸਮ ਬਾਣੀ ਦੇ ਵਿੱਚੋਂ ਹਜ਼ੂਰ ਨੇ ਪੜ੍ਹੀਆਂ ਅਤੇ ਇਸ ਦੇ ਨਾਲ ਹੀ ਚੌਥੀ ਜੋ ਅਰਦਾਸ ਹੈ ਇਹ ਵੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਹੀ ਇਸ ਦੀ ਆਰੰਭਤਾ ਹੁੰਦੀ ਹੈ। ਚੌਪਈ ਸਾਹਿਬ ਬਾਣੀ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਜੋ ਸਵੈ ਰਚਨਾ ਹੈ ਕਿਉਂਕਿ ਦੋ ਪ੍ਰਕਾਰ ਦੀ ਬਾਣੀ ਦਸਮ ਗ੍ਰੰਥ ਦੇ ਅੰਦਰ ਹਜ਼ੂਰ ਨੇ ਅੰਕਿਤ ਕੀਤੀ ਹੈ। ਇੱਕ ਸਾਧ ਸੰਗਤ ਜੀ ਸਵੈ ਮਤ ਅਨੁਵਾਦ ਰਚਨਾ ਹੈ, ਇੱਕ ਹੈ ਪਰ ਮਤ ਅਨੁਵਾਦ ਰਚਨਾ। ਜਿਹੜੀ ਸਵੈ ਮਤ ਅਨੁਵਾਦ ਬਾਣੀ ਦੀ ਰਚਨਾ ਜਿਸ ਦੇ ਵਿੱਚ ਸ੍ਰੀ ਜਾਪ ਸਾਹਿਬ ਅਕਾਲ ਉਸਤਤ ਬਚਿੱਤਰ ਨਾਟਕ ਗਿਆਨ ਪ੍ਰਬੋਧ ਇਸੇ ਪ੍ਰਕਾਰ ਚੰਡੀ ਦੀ ਵਾਰ ਇਸ ਤੋਂ ਆਦਿਕ ਲੈ ਕੇ ਇਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਵੈ ਮਤ ਅਨੁਵਾਦ ਬਾਣੀ ਦੀ ਰਚਨਾ ਹੈ ਜਿਸ ਦਾ ਸੁਮੇਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲਦਾ ਹੈ।
ਕੁਝ ਬਾਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਰਮਤ ਅਨੁਵਾਦ ਬਾਣੀ ਦੀ ਰਚਨਾ ਕੀਤੀ, ਜੋ ਦੂਸਰੇ ਮਤਾਂ ਦੇ ਗ੍ਰੰਥਾਂ ਦਾ ਅਨੁਵਾਦ ਕਰਕੇ ਆਪਣੀ ਕਲਮ ਦੇ ਨਾਲ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ਿਆ, ਜਿਸ ਦੇ ਵਿੱਚ ਇੱਕ ਪਖਿਆਨ ਚਰਿੱਤਰ ਹਨ। ਇਸੇ ਪ੍ਰਕਾਰ 24 ਅਵਤਾਰਾਂ ਦੀ ਕਥਾ ਹੈ, ਜੋ ਸਨਾਤਨ ਮਤ ਦੇ ਅੰਦਰ ਜਿਨ੍ਹਾਂ ਦੇ ਵਿੱਚੋਂ 10 ਮੁੱਖ ਅਵਤਾਰ ਹੋਏ ਨੇ ਅਤੇ ਹਜ਼ੂਰ ਨੇ ਉਹਨਾਂ ਦੀ ਰਚਨਾ ਕਰਕੇ ਸਾਨੂੰ ਬਖਸ਼ੀ ਹੈ ਗਿਆਤ ਸਮਝ ਵਾਸਤੇ। ਜਿੰਨੇ ਸਮੇਂ ਤੱਕ ਅਸੀਂ ਦਸਮ ਗੁਰਬਾਣੀ ਦਾ ਪਾਠ ਨਹੀਂ ਕਰਦੇ, ਉਨੇ ਸਮੇਂ ਤੱਕ ਸਾਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥਾਂ ਦਾ ਬੋਧ ਮੁਕੰਮਲ ਰੂਪ ਦੇ ਅੰਦਰ ਪ੍ਰਾਪਤ ਨਹੀਂ ਹੋਏਗਾ, ਕਿਉਂਕਿ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਕੁਝ ਐਸੇ ਕਟਾਕਸ਼ ਹਨ ਜਿਨ੍ਹਾਂ ਦੇ ਖੁਲਾਸੇ ਕੇਵਲ ਦਸਮ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਹੈ। ਜੈਸੇ ਰਾਮਕਲੀ ਕੀ ਵਾਰ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਆਉਂਦੇ ਨੇ, ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਘਰ ਆਇਆ। ਇਹ ਇੰਦਰ ਨੂੰ ਕਿਉਂ ਰੋਣਾ ਪਿਆ, ਇਹਨੂੰ ਕਿਹੜੇ ਦਾਨ ਦੀ ਪ੍ਰਾਪਤੀ ਹੋਈ, ਇਸ ਦਾ ਜ਼ਿਕਰ ਦਸਮ ਦੀ ਬਾਣੀ ਦੇ ਅੰਦਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਖੋਲ੍ਹ ਕੇ ਲਿਖਿਆ ਹੈ। ਫਿਰ ਪਰਸ ਰਾਮ ਰੋਵੈ ਘਰ ਆਇਆ, ਇਹ ਪਰਸ ਰਾਮ ਕੌਣ ਸੀ, ਕਿਉਂ ਰੋ ਕੇ ਆਪਣੇ ਘਰ ਦੇ ਵਿੱਚ ਆਇਆ, ਇਹ ਗ੍ਰੰਥ ਦੇ ਜੇ ਅਸੀਂ ਖੁਲਾਸੇ ਵੇਖਣੇ ਹੋਣ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਸਮ ਗੁਰਬਾਣੀ ਦੇ ਵਿੱਚ ਇਸ ਦੀ ਖੋਲ੍ਹ ਕੇ ਵਿਆਖਿਆ ਕੀਤੀ ਹੈ। ਅਜੈ ਸੋ ਰੋਵੈ ਭਿੱਖਿਆ ਖਾਏ, ਅਜੈ ਰਾਜਾ ਕੌਣ ਸੀ, ਕਿਉਂ ਭਿੱਖਿਆ ਖਾ ਕੇ ਰੋਇਆ, ਇਹ ਦਸਮ ਗੁਰਬਾਣੀ ਦੇ ਵਿੱਚੋਂ ਸਾਨੂੰ ਐਸੇ ਪ੍ਰਸੰਗ ਪ੍ਰਾਪਤ ਹੋਣਗੇ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਜਾਂ ਆਸਾ ਜੀ ਕੀ ਵਾਰ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਇਹ ਕ੍ਰਿਸ਼ਨਾ ਅਵਤਾਰ ਦੇ ਅੰਦਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਸਾਰੇ ਹੀ ਪ੍ਰਸੰਗ ਖੋਲ੍ਹ ਕੇ ਲਿਖੇ ਨੇ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਲਸੇ ਪੰਥ ਦੇ ਉੱਪਰ ਮਹਾਨ ਵੱਡਾ ਪਰਉਪਕਾਰ ਕੀਤਾ ਕਿ ਖਾਲਸਾ ਕਿਸੇ ਦੂਜੇ ਧਰਮਾਂ ਦੇ ਗ੍ਰੰਥਾਂ ਨੂੰ ਪੜ੍ਹਨ ਦੀ ਵਿਚਾਰਨ ਦੀ ਬਹੁਤੀ ਲੋੜ ਨਹੀਂ ਰਹਿ ਜਾਂਦੀ, ਅਤੇ ਜਦੋਂ ਅਸੀਂ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹ ਲਈਏ। ਸੋ ਇਸ ਲਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਵਾਸਤੇ ਇਸ ਦੇ ਨਾਲ ਨਾਲ ਦਸਮ ਗੁਰਬਾਣੀ ਦਾ ਜਦੋਂ ਅਸੀਂ ਪਾਠ ਕਰਾਂਗੇ ਤਾਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥਾਂ ਦੀ ਸਾਨੂੰ ਸਮਝ ਪਵੇਗੀ। ਇੱਕ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਹੈ, ਇੱਕ ਦਸਮ ਪਾਤਸ਼ਾਹ ਜੀ ਦੀ ਇਹ ਦਸਮ ਗ੍ਰੰਥ ਰਚਨਾ ਹੈ। ਇਹਨਾਂ ਨੂੰ ਨਾਲ ਰੱਖ ਕੇ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਦੇ ਅਰਥ ਵੇਖਾਂਗੇ ਤਾਂ ਸਾਨੂੰ ਮੁਕੰਮਲ ਰੂਪ ਦੇ ਅੰਦਰ ਹੋਰ ਕਿਸੇ ਧਰਮਾਂ ਦੇ ਗ੍ਰੰਥ ਵੇਖਣ ਦੀ ਲੋੜ ਨਹੀਂ ਰਹਿ ਜਾਂਦੀ। ਸੋ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਚੌਪਈ ਸਾਹਿਬ ਬਾਣੀ ਦੀ ਰਚਨਾ ਕੀਤੀ, ਜੋ ਸਤਲੁਜ ਦੇ ਕਿਨਾਰੇ ਜਿੱਥੇ ਅੱਜ ਗੁਰਦੁਆਰਾ ਬਿਭੌਰ ਸਾਹਿਬ ਅਸਥਾਨ ਬਣਿਆ, ਉਸ ਅਸਥਾਨ 'ਤੇ ਇਸ ਗ੍ਰੰਥ ਦੀ ਸੰਪੂਰਨਤਾ ਹੋਈ ਹੈ। ਗ੍ਰੰਥ ਦੀ ਸਮਾਪਤੀ 'ਤੇ ਸਤਿਗੁਰੂ ਜੀ ਨੇ ਇਹ ਬੇਨਤੀ ਚੌਪਈ ਬਾਣੀ ਰੱਖੀ, ਜੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ। ਇਹ ਬੇਨਤੀਆਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਵੀ ਦੱਸੀਆਂ, ਸਮਝਾਇਆ ਕਿ ਇਉਂ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ,
ਜਦੋਂ ਵੀ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਹਾਂ, ਹਰ ਇੱਕ ਗੁਰਸਿੱਖ ਪਰਮੇਸ਼ਰ ਵਾਹਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਹਜ਼ੂਰੀ ਦਾ ਪਾਠ ਕਰੇ ਤਾਂ ਇਸ ਦੇ ਵਿੱਚੋਂ ਸਾਨੂੰ ਰਸ ਅਤੇ ਆਨੰਦ ਆਵੇਗਾ। ਪਰਮਾਤਮਾ ਨੂੰ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀਆਂ ਆਪਣੇ ਵੱਲੋਂ ਕਰਨੀਆਂ। ਇਹ ਆਪਾਂ ਕੁਝ ਬਾਣੀ ਦੀ ਵਿਚਾਰ ਕੱਲ੍ਹ ਤੋਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਆਪ ਗੁਰਸਿੱਖਾਂ ਦੇ ਹੁਕਮ ਦੁਆਰਾ ਪ੍ਰਾਰੰਭ ਕੀਤੀ। ਸੋ ਜੋ ਅੱਜ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ, ਜਿਸ ਦਾ ਵਿਸ਼ਾ ਵਸਤੂ ਹੈ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਅਤੇ ਆਪਣੀ ਰੱਖਿਆ ਲਈ, ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਪ੍ਰੇਮ ਸਾਹਿਤ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦੇ ਹੋਏ ਹਾਜ਼ਰ ਨਾਜ਼ਰ ਜਾਣ ਕੇ ਇਹ ਹਜ਼ੂਰ ਦੀ ਪਾਵਨ ਬਾਣੀ ਦੀ ਵਿਚਾਰ ਨੂੰ ਸਰਵਣ ਕਰੀਏ ਜੀ। ਮੋਰ ਅੱਛਾ ਨਿਜ ਕਰਦਾ ਕਰੀਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਬੇਨਤੀ ਕਰਦੇ ਹਨ, ਮੋਰ ਅੱਛਾ ਨਿਜ ਕਰਦਾ ਕਰੀਏ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੋਹ ਮੈਨੇ ਮੇਰੀ, ਰੱਛਾ ਮੈਨੇ ਰੱਖਿਆ। ਹੇ ਵਾਹਿਗੁਰੂ ਜੀ, ਆਪ ਕਰ ਦੈ ਕਰੀਏ, ਹੱਥ ਦੇ ਕਰਕੇ ਵਾਹਿਗੁਰੂ ਜੀ ਸਾਡੀ ਰੱਖਿਆ ਕਰੋ। ਕੱਲ੍ਹ ਵੀ ਆਪਾਂ ਇਹ ਵਿਚਾਰ ਸਰਵਣ ਕੀਤੇ ਕਿ ਕੋਸ਼ਾਂ ਦੇ ਵਿੱਚ ਹੱਥ ਪੈਰ ਇਹ ਸਾਡੇ ਸਥੂਲ ਰੂਪ ਦੇ ਵਿੱਚ ਹਨ, ਪਰ ਅਸਲ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਹੱਥ ਕੀ ਹੈ? ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਕਿਰਪਾ ਹੈ, ਇਹੀ ਉਸ ਵਾਹਿਗੁਰੂ ਜੀ ਦੇ ਹੱਥ ਨੇ। ਹੇ ਪਰਮਾਤਮਾ ਵਾਹਿਗੁਰੂ ਜੀ, ਆਪ ਕਿਰਪਾ ਰੂਪ ਹੱਥ ਦੇ ਕੇ ਸਾਡੀ ਰੱਖਿਆ ਕਰੋ। ਸਭ ਬੈਰਨ ਕਉ ਆਜ ਸੰਘਰੀਐ। ਜਿੰਨੇ ਵੀ ਸਭ ਵੈਰੀ ਹੈ, ਭਾਵੇਂ ਬਾਹਰਲੇ ਦੁਸ਼ਮਣ ਧਰਮ ਵਿਰੋਧੀ ਲੋਕ ਹੈ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆਪਣੇ ਅਵਤਾਰ ਦਾ ਕਾਰਨ ਦੱਸਿਆ ਕਿ ਅਸੀਂ ਸੰਸਾਰ ਦੇ ਉੱਪਰ ਕਿਉਂ ਆਏ ਹਾਂ। ਹਜ਼ੂਰ ਦੀ ਪਾਵਨ ਬਾਣੀ ਦੇ ਅੰਦਰ ਦਸਮ ਪਾਤਸ਼ਾਹ ਜੀ ਨੇ ਬਚਨ ਲਿਖੇ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕੜ ਪਛਾਰੋ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਵਨ ਕੋ ਮੂਲ ਉਖਾਰਨ। ਇਸ ਲਈ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ ਸੰਸਾਰ ਦੇ ਵਿੱਚ ਆਗਮਨ ਹੋਇਆ ਹੈ। ਹਜ਼ੂਰ ਬਚਨ ਕਰਦੇ ਨੇ ਕਿ ਵਾਹਿਗੁਰੂ ਪਰਮਾਤਮਾ ਜੀ, ਮੋਹ ਰੱਛਾ ਨਿਜ ਕਰਦਾ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਕਿ ਜਿੰਨੇ ਵੀ ਧਰਮ ਵਿਰੋਧੀ ਲੋਕ ਨੇ ਉਹਨਾਂ ਨੂੰ ਆਜ ਦਾ ਅਰਥ ਹੈ ਅੱਜ ਹੀ, ਭਾਵ ਜਲਦੀ ਹੀ, ਸੰਘਰੀਐ ਮੈਨੇ ਨਾਸ ਕਰ ਦਿਓ। ਹੇ ਪਰਮਾਤਮਾ ਵਾਹਿਗੁਰੂ ਜੀ, ਜਿਹੜੇ ਧਰਮ ਦਾ ਵਿਰੋਧ ਕਰਨ ਵਾਲੇ ਲੋਕ ਨੇ, ਜਿਹੜੇ ਕਿ ਦੁਸ਼ਟ ਚਿੱਤ ਵਿਰਤੀ ਵਾਲੇ ਲੋਕ ਹਨ, ਉਹਨਾਂ ਨੂੰ ਜਲਦੀ ਹੀ ਸੰਸਾਰ ਦੇ ਵਿੱਚੋਂ ਖਤਮ ਕਰ ਦਿਓ। ਆਜ ਦਾ ਮਤਲਬ ਭਾਵ ਅੱਜ ਹੈ, ਹੁਣੇ ਹੀ ਹੈ। ਅੱਜ ਦੀ ਬਾਬਤ ਭਾਈ ਸਾਹਿਬ ਸੰਤ ਕਵੀ ਭਾਈ ਵੀਰ ਸਿੰਘ ਸਾਹਿਬ ਜੀ, ਉਹਨਾਂ ਨੇ ਅੱਜ ਸ਼ਬਦ ਦੇ ਉੱਪਰ ਬੜੀ ਸੁੰਦਰ ਕਵਿਤਾ ਲਿਖੀ ਹੈ ਕਿ ਜਿਹੜਾ ਅੱਜ ਦਾ ਸਮਾਂ ਹੈ, ਇਸ ਨੂੰ ਮਨੁੱਖ ਸੰਭਾਲ ਲਵੇ। ਆਮ ਤੌਰ 'ਤੇ ਮਨੁੱਖ ਦੋ ਸਮਿਆਂ ਦੇ ਵਿੱਚ ਆਪਣੇ ਵਰਤਮਾਨ ਸਮੇਂ ਨੂੰ ਗਵਾ ਲੈਂਦਾ ਹੈ। ਇੱਕ ਹੈ ਜਿਹੜਾ ਬੀਤ ਚੁੱਕਿਆ ਸਮਾਂ, ਅਤੇ ਇੱਕ ਹੈ ਅੱਗੇ ਆਉਣ ਵਾਲਾ ਸਮਾਂ। ਆਉਣ ਵਾਲੇ ਸਮੇਂ ਲਈ ਅਤੇ ਅੱਗੇ ਬੀਤ ਚੁੱਕੇ ਸਮੇਂ ਦੀ ਯਾਦ ਦੇ ਅੰਦਰ ਮਨੁੱਖ ਆਪਣੇ ਵਰਤਮਾਨ ਸਮੇਂ ਨੂੰ ਗਵਾ ਲੈਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਬਚਨ ਲਿਖੇ ਨੇ, ਕੱਲ੍ਹ ਚੁੱਕੀ ਹੈ ਬੀਤ, ਵੱਸ ਤੋਂ ਦੂਰ ਨਸਾਈ,
ਭਲਕ ਅਜੇ ਹੈ ਦੂਰ ਨਹੀਂ ਹੱਥਾਂ ਵਿੱਚ ਆਈ, ਅੱਜ ਸਾਡੇ ਕੋਲ ਇਹ ਵਿੱਚ ਫਿਕਰਾਂ ਲਾਈ, ਕੱਲ੍ਹ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਮਹਾਂਰਸ ਪੀਂਦਿਆਂ, ਹਰ ਰਸ ਹਰ ਮੱਤੇ ਖੀਰਿਆਂ, ਹਰ ਰਸ ਹਰ ਕੀਰਤ ਚਾਹੁੰਦਿਆਂ। ਮਨੁੱਖ ਆਮ ਤੌਰ 'ਤੇ ਜਾਂ ਤਾਂ ਪਿਛਲੀਆਂ ਯਾਦਾਂ ਦੇ ਵਿੱਚ ਆਪਣਾ ਸਮਾਂ ਵਰਤਮਾਨ ਸਮੇਂ ਨੂੰ ਗਵਾ ਲੈਂਦਾ ਹੈ, ਬਤੀਤ ਕਰ ਲੈਂਦਾ ਹੈ, ਜਾਂ ਕਦੇ ਆਉਣ ਵਾਲੇ ਸਮੇਂ ਦੀ ਬਾਬਤ ਹੀ ਸੋਚਦਾ ਰਹਿੰਦਾ ਹੈ। ਮਨੁੱਖ ਕਿਤੇ ਵਰਤਮਾਨ ਸਮੇਂ ਨੂੰ ਸੰਭਾਲ ਲਵੇ, ਇਹਦਾ ਆਉਣ ਵਾਲਾ ਸਮਾਂ ਸਫਲਾ ਬਣ ਜਾਂਦਾ। ਸਤਿਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਅੱਜ ਹੀ ਭਾਵ ਵਰਤਮਾਨ ਸਮੇਂ ਦੇ ਵਿੱਚ ਹੀ ਜਿੰਨੇ ਵੀ ਧਰਮ ਵਿਰੋਧੀ ਲੋਕ ਨੇ, ਸਾਡੇ ਅੰਦਰ ਅਤੇ ਬਾਹਰ ਦੇ ਵੈਰੀ ਹੈ, ਆਪ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਬਲ ਬਖਸ਼ੋ, ਇਹਨਾਂ ਨੂੰ ਸੰਸਾਰ ਦੇ ਵਿੱਚੋਂ ਖਤਮ ਕਰ ਦਿਓ। ਪੂਰਨ ਹੋਏ ਹਮਾਰੀ ਆਸਾ, ਜਿਹੜੀ ਸਾਡੀ ਚਿੱਤ ਦੀ ਆਸਾ ਹੈ ਇਹ ਪੂਰਨ ਹੋ ਜਾਏ। ਜੋ ਸਾਡੇ ਮਨ ਦੇ ਅੰਦਰ ਇੱਛਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਹਲੀਮੀ ਰਾਜ ਹੋਣਾ ਚਾਹੀਦਾ, ਜੋ ਸਾਡੇ ਮਨ ਦੇ ਅੰਦਰ ਇੱਛਾ ਹੈ ਕਿ ਸੰਸਾਰ ਦੇ ਵਿੱਚ ਜਿਹੜੇ ਲੋਕ ਕੁਕਰਮ ਕਰਦੇ ਹੈ ਉਹ ਕੁਕਰਮਾਂ ਤੋਂ ਰੁਕ ਜਾਣ, ਹਉਮੈ ਹੰਕਾਰ ਤੋਂ ਰਹਿਤ ਹੋ ਜਾਣ, ਐਸੀ ਜਿਹੜੀ ਸਾਡੀ ਮਨ ਦੀ ਇੱਛਾ ਹੈ ਕਿ ਸਾਰੇ ਲੋਕ ਬੜੇ ਪ੍ਰੇਮ ਅਤੇ ਪਿਆਰ ਦੇ ਨਾਲ ਸ਼ਾਂਤੀ ਦੇ ਸਹਿਤ ਹੋ ਕੇ ਸੰਸਾਰ ਦੇ ਵਿੱਚ ਜਿਉਣ, ਇਹ ਜਿਹੜੀ ਸਾਡੀ ਇੱਛਾ ਹੈ ਆਪ ਪੂਰੀ ਕਰ ਦਿਓ। ਤੋਰ ਭਜਨ ਕੀ ਰਹਿ ਪਿਆਸਾ, ਇਹ ਪਰਮਾਤਮਾ ਵਾਹਿਗੁਰੂ ਜੀ ਸਾਡੇ 'ਤੇ ਕਿਰਪਾ ਕਰੋ, ਤੁਹਾਡੇ ਭਜਨ ਦੀ ਮਨ ਦੇ ਵਿੱਚ ਪਿਆਸ ਬਣੀ ਰਹੇ, ਤਾਂਘ ਬਣੀ ਰਹੇ। ਪਿਆਸ ਤੋਂ ਭਾਵ ਹੈ ਤਾਂਘ। ਜਿਸ ਪ੍ਰਕਾਰ ਇੱਕ ਪਾਣੀ ਤੋਂ ਪਿਆਸਾ ਮਨੁੱਖ ਉਹ ਪਾਣੀ ਦੀ ਮੰਗ ਕਰਦਾ ਚਾਹੁੰਦਾ ਹੈ, ਇਉਂ ਸਾਡੇ ਮਨ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੇ ਭਜਨ ਦੀ ਆਸ ਪਿਆਸ ਬਣੀ ਰਹੇ। ਪਰਮੇਸ਼ਰ ਵਾਹਿਗੁਰੂ ਜੀ ਦੇ ਭਜਨ ਤੋਂ ਬਗੈਰ ਸੰਸਾਰ ਦੇ ਵਿੱਚ ਨਾ ਤਾਂ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਨਾ ਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਬਚਨ ਕੀਤੇ ਨੇ, ਵਾਹਿਗੁਰੂ ਜੀ ਦਾ ਭਜਨ ਕਰਨਾ, ਬੰਦਗੀ ਕਰਨੀ। ਭਜਨ ਤੋਂ ਭਾਵ ਹੈ ਈਸ਼ਵਰ ਪਰਮੇਸ਼ਰ ਦੀ ਭਗਤੀ ਕਰਨੀ, ਭਜਨ ਤੋਂ ਭਾਵ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤੀ ਦੇ ਗੀਤ ਗਾਇਨ ਕਰਨੇ। ਪਰਮੇਸ਼ਰ ਵਾਹਿਗੁਰੂ ਜੀ ਦੀ ਭਜਨ ਬੰਦਗੀ ਤੋਂ ਬਗੈਰ ਇਹ ਜੀਵਨ ਦੀ ਸਫਲਤਾ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ, ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਕਿ ਵਾਹਿਗੁਰੂ ਜੀ ਸਾਡੇ ਮਨ ਦੇ ਅੰਦਰ ਤੁਹਾਡੇ ਭਜਨ ਦੀ ਪਿਆਸ ਬਣ ਜਾਏ, ਸਾਡੇ ਮਨ ਦੇ ਅੰਦਰ ਤੜਫ ਪੈਦਾ ਹੋ ਜਾਏ ਆਪ ਜੀ ਦੇ ਭਜਨ ਦੀ, ਕਿਉਂਕਿ ਭਜਨ ਬੰਦਗੀ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੈ। ਹਜ਼ੂਰ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ, ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਹਿਆ, ਬਿਨ ਹਰ ਭਜਨ ਨਹੀਂ ਨਿਸਤਾਰਾ, ਸੂਖ ਨਾ ਕਿਨਹੂੰ ਲਹਿਆ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਵਾਹਿਗੁਰੂ ਆਪ ਜੀ ਦੇ ਭਜਨ ਤੋਂ ਬਿਨਾਂ ਕਦੇ ਅੱਜ ਤੱਕ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ। ਔਰ ਜਿਹੜੀ ਵੀ ਚੀਜ਼ ਦੀ ਅਸੀਂ ਇੱਛਾ ਕਰਦੇ ਹਾਂ, ਪਰਮੇਸ਼ਰ ਵਾਹਿਗੁਰੂ ਜੀ ਦੇ ਭਜਨ ਦੇ ਨਾਲ ਸਾਰੀਆਂ ਇੱਛਾਵਾਂ ਹੀ ਪੂਰੀਆਂ ਹੁੰਦੀਆਂ ਨੇ। ਜਦੋਂ ਸਾਡੀ ਜ਼ਿੰਦਗੀ ਦੇ ਅੰਦਰ ਭਜਨ ਬੰਦਗੀ ਨਹੀਂ, ਕੇਵਲ ਸੋਭਾ ਅਤੇ ਵਡਿਆਈ ਦੀ ਇੱਛਾ ਬਣ ਜਾਂਦੀ ਹੈ, ਉਸ ਵੇਲੇ ਸਾਨੂੰ ਕਾਰਜ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਵੀ ਬਚਨ ਕਹੇ ਨੇ ਕਿ ਜਿੰਨੇ ਸਮੇਂ ਤੱਕ ਅਸੀਂ ਵਾਹਿਗੁਰੂ ਜੀ ਦਾ ਭਜਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਪਰਲੋਕ ਦੇ ਵਿੱਚ ਜਮਾਂ ਦੀ ਸਜ਼ਾ ਬਣੀ ਰਹੇਗੀ।
ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਅਸੀਂ ਬਹੁਤੇ ਗੁਰਸਿੱਖ ਪਾਠ ਵੀ ਕਰਦੇ ਹਾਂ ਸੁਖਮਨੀ ਸਾਹਿਬ ਬਾਣੀ ਦਾ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਨੇ ਸਾਥ ਨਾ ਚਾਲੈ ਬਿਨ ਭਜਨ। ਵੇਖੋ ਕਿੱਡੇ ਕੀਮਤੀ ਬਚਨ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਅੰਕਿਤ ਕੀਤੇ ਨੇ ਕਿ ਪਿਆਰਿਓ ਸਾਥ ਨਾ ਚਾਲੈ ਬਿਨ ਭਜਨ। ਪਰਮੇਸ਼ੁਰ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਪਰਲੋਕ ਦੇ ਵਿੱਚ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਵਿਖਿਆ ਤੋਂ ਭਾਵ ਹੈ ਮਾਇਆ। ਇਹ ਮਾਇਆ ਸਾਡੇ ਸਰੀਰ ਦਾ ਗੁਜ਼ਰਾਨ ਹੈ ਪਰ ਇਹ ਪਰਲੋਕ ਦੇ ਵਿੱਚ ਸਹਾਇਤਾ ਨਹੀਂ ਕਰ ਸਕਦੀ। ਹਰ ਇੱਕ ਗੁਰਸਿੱਖ ਦਾ ਮਨੁੱਖ ਦਾ ਜਿਹੜਾ ਗੁਜ਼ਰਾਨ ਹੈ ਉਹ ਬਹੁਤ ਚੰਗਾ ਹੋਣਾ ਚਾਹੀਦਾ, ਪਰ ਇਹ ਨਹੀਂ ਕਿ ਸਾਰਾ ਕੁਝ ਇਸ ਨੂੰ ਹੀ ਸਮਝ ਲਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਾਕ ਨੇ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਸਗਲੀ ਤੋਂ ਭਾਵ ਹੈ ਜਿੰਨੇ ਅਸੀਂ ਕੰਮ ਕਰਦੇ ਹਾਂ ਉਹ ਸਾਰੇ ਇੱਕ ਸਵਾਹ ਦੀ ਨਿਆਈ ਨਿਸਫਲ ਹਨ। ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਇਹ ਅਸਲ ਵਿੱਚ ਸਾਰਿਆਂ ਤੋਂ ਸ਼੍ਰੋਮਣੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਅਵਰ ਕਰਤੂਤ ਸਗਲੀ ਜਮ ਡਾਨੈ। ਹਜ਼ੂਰ ਕਹਿੰਦੇ ਜਿਹੜੇ ਧਰਮ ਰਾਜੇ ਦੇ ਦੂਤ ਨੇ ਉਹ ਹੋਰ ਸਾਰੀਆਂ ਕਰਨੀਆਂ ਕਰਕੇ ਸਾਨੂੰ ਬੜੀ ਭਾਰੀ ਸਜ਼ਾ ਦਿੰਦੇ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਅਵਰ ਕਰਤੂਤ ਸਗਲੀ ਜਮ ਡਾਨੈ, ਜਿਹੜਾ ਜਮ ਹੈ ਉਹ ਡੰਨ ਦੇਵੇਗਾ ਸਜ਼ਾ ਦੇਵੇਗਾ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮੇਸ਼ੁਰ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾਂ ਉਹ ਕਦੇ ਪਤੀਜਦਾ ਨਹੀਂ ਹੈ। ਇੱਕ ਥਾਂ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਵੀ ਬਚਨ ਕੀਤੇ ਨੇ ਜਦੋਂ ਅਸੀਂ ਵਾਹਿਗੁਰੂ ਜੀ ਦਾ ਭਜਨ ਕਰਦੇ ਹਾਂ ਤਾਂ ਪਰਲੋਕ ਦੇ ਵਿੱਚ ਕੋਈ ਅਰੇ ਅਰੇ ਜਾਂ ਓਏ ਓਏ ਕੋਈ ਨਹੀਂ ਕਹੇਗਾ, ਕੋਈ ਨਿਰਾਦਰ ਬੋਧਕ ਸ਼ਬਦ ਨਹੀਂ ਬੋਲੇਗਾ। ਰੇ ਰੇ ਦਰਗਹਿ ਕਹੇ ਨਾ ਕਉ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਤੋਰ ਭਜਨ ਕੀ ਰਹਿ ਪਿਆਸਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈ ਉਹ ਦੂਤ। ਇਸ ਕਰਕੇ ਵਾਹਿਗੁਰੂ ਜੀ ਦੇ ਭਜਨ ਤੋਂ ਬਿਨਾਂ ਸੰਗਤ ਜੀ ਪਾਰੋ ਤਾਰਾ ਨਹੀਂ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੀ ਸਰਕਾਰ ਨੇ ਬਚਨ ਲਿਖੇ ਹੈ। ਹਜ਼ੂਰ ਕਹਿੰਦੇ ਜੇ ਵਾਹਿਗੁਰੂ ਜੀ ਦਾ ਭਜਨ ਨਹੀਂ ਕਰਨਾ ਸਿਮਰਨ ਨਹੀਂ ਕਰਨਾ ਸੰਸਾਰ ਦੇ ਉੱਪਰ ਆਏ ਕਾਹਦੇ ਵਾਸਤੇ ਹੋ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦਾ ਵਾਕ ਹੈ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾਂ ਬਿਰਥਾ ਸਭ ਜਾਏ। ਜਦੋਂ ਆਪਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਹਾਂ ਸਤਿਗੁਰੂ ਜੀ ਵਾਰ ਵਾਰ ਸਾਨੂੰ ਵਾਹਿਗੁਰੂ ਜੀ ਦੇ ਨਾਮ ਦੀ ਪ੍ਰੇਰਣਾ ਦਿੰਦੇ ਹੈ ਅਤੇ ਆਪਾਂ ਸਤਿਗੁਰੂ ਜੀ ਦੇ ਸਿੱਖ ਹਾਂ। ਆਪਣੇ ਮਨਾਂ ਦੇ ਅੰਦਰ ਕਦੇ ਝਾਤ ਮਾਰ ਕੇ ਵੇਖੀਏ ਕਿ ਸਤਿਗੁਰੂ ਜੀ ਤਾਂ ਸਾਨੂੰ ਸਵਾਸ ਸਵਾਸ ਕਦੇ ਸਿਮਰਨ ਦਾ ਜ਼ਿਕਰ ਕਰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਕਦੇ ਸਤਿਗੁਰੂ ਜੀ ਕਹਿੰਦੇ ਹੈ ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ, ਅਤੇ ਕਦੇ ਆਪਣੇ ਮਨ ਦੇ ਅੰਦਰ ਨਿਗਾਹ ਮਾਰ ਕੇ ਵੇਖੀਏ ਕਿ ਅਸੀਂ ਕਿੰਨਾ ਕੁ ਸਮਾਂ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੁਆਰਾ ਭਜਨ ਬੰਦਗੀ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਵੀ ਤਰਲਾ ਲਈਏ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਅੰਦਰ ਇਹ ਪਿਆਸ ਪੈਦਾ ਹੋ ਜਾਏ। ਜਿਸ ਮਨੁੱਖ ਨੂੰ ਭੁੱਖ ਨਾ ਲੱਗੇ ਆਮ ਤੌਰ 'ਤੇ ਉਹ ਇੱਕ ਰੋਗੀ ਦੀ ਨਿਸ਼ਾਨੀ ਹੈ। ਜੇ ਸਾਡੇ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਭਜਨ ਦੀ ਪਿਆਸ ਨਹੀਂ ਪੈਦਾ ਹੋਈ ਤਾਂ ਅਸੀਂ ਮਾਨਸਿਕ ਤਲ 'ਤੇ ਰੋਗੀ ਹਾਂ। ਪਿਆਸ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਤਿੰਨ ਪ੍ਰਕਾਰ ਦੀ ਪਿਆਸ ਦਾ ਜ਼ਿਕਰ ਹੈ। ਇੱਕ ਸਾਧ ਸੰਗਤ ਜੀ, ਜਦੋਂ ਸਾਡੇ ਸਰੀਰ ਦੇ ਅੰਦਰ ਕੋਈ ਪਾਣੀ ਦੀ ਘਾਟ ਹੋ ਜਾਏ, ਮਨੁੱਖ ਦਾ ਮੂੰਹ ਸੁੱਕਦਾ ਹੈ, ਉਹ ਵਾਰ ਵਾਰ
ਪਾਣੀ ਦੀ ਮੰਗ ਕਰਦਾ ਪਿਆਸ ਲੱਗਦੀ ਹੈ। ਇੱਕ ਤਾਂ ਹੈ ਇਹ ਇਸ ਨੂੰ ਜਿਸਮਾਨੀ ਪਿਆਸ ਕਿਹਾ ਜਾਂਦਾ। ਇਸ ਤੋਂ ਅੱਗੇ ਇਹਦਾ ਜਿਹੜਾ ਇਲਾਜ ਹੈ ਉਪਾਅ ਹੈ, ਜਿੰਨੇ ਸਮੇਂ ਤੱਕ ਮਨੁੱਖ ਪਾਣੀ ਨਹੀਂ ਪੀਂਦਾ ਤਾਂ ਮਨੁੱਖ ਨੂੰ ਵਾਰ ਵਾਰ ਉਹ ਪਿਆਸ ਲੱਗੇਗੀ। ਦੂਸਰੀ ਪਿਆਸ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਇੱਕ ਆਸਾ ਅਤੇ ਤ੍ਰਿਸ਼ਨਾ ਨੂੰ ਵੀ ਸਤਿਗੁਰੂ ਜੀ ਨੇ ਪਿਆਸ ਦੱਸਿਆ ਹੈ। ਵਿਸ਼ਿਆਂ ਵਿਕਾਰਾਂ ਨੂੰ ਵੀ ਸਤਿਗੁਰੂ ਜੀ ਨੇ ਪਿਆਸ ਲਿਖਿਆ ਹੈ। ਇਹ ਜਿਹੜੀ ਆਸਾ ਅਤੇ ਤ੍ਰਿਸ਼ਨਾ ਦੀ ਪਿਆਸ ਹੈ, ਇਸ ਦਾ ਇਲਾਜ ਹੈ ਗੁਰੂ ਕੀ ਸ਼ਰਨ ਦੇ ਵਿੱਚ ਪੈ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ। ਜਦੋਂ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ, ਗੁਰੂ ਦੀ ਸ਼ਰਨ ਲੈ ਕੇ ਕਰੇਗਾ, ਤਾਂ ਉਹਦੇ ਜੀਵਨ ਦੇ ਵਿੱਚੋਂ ਆਸਾ ਤ੍ਰਿਸ਼ਨਾ ਵਿਕਾਰ ਜਿਹੜੇ ਹਨ, ਇਹਨਾਂ ਦੀ ਜਿਹੜੀ ਪਿਆਸ ਹੈ ਉਹ ਮਿਟਣੀ ਸ਼ੁਰੂ ਹੋ ਜਾਏਗੀ। ਇੱਕ ਤੀਸਰੀ ਆਸ ਪਿਆਸ ਹੈ, ਉਹ ਹੈ ਪਿਆਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਹੁਤ ਥਾਂ 'ਤੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਦਾ ਜ਼ਿਕਰ ਕੀਤਾ। ਦਰਸ ਤੇਰੀ ਕੀ ਪਿਆਸ ਮਨ ਲਾਗੀ, ਅਤੇ ਹਜ਼ੂਰ ਨੇ ਇੱਕ ਥਾਂ 'ਤੇ ਨਾਲ ਇਹ ਵੀ ਬਚਨ ਕੀਤੇ ਹੈ, ਜਿਸ ਮਨੁੱਖ ਦੇ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਅਤੇ ਉਸ ਪਿਆਰੇ ਗੁਰਸਿੱਖ ਤੋਂ ਅਸੀਂ ਵਾਰ ਵਾਰ ਕੁਰਬਾਨ ਜਾਂਦੇ ਹਾਂ। ਜਿਸ ਜਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਇੱਥੇ ਸਤਿਗੁਰੂ ਮਹਾਰਾਜ ਜੀ ਬਚਨ ਕਹਿੰਦੇ, ਤੋਰ ਭਜਨ ਕੀ ਰਹਿ ਪਿਆਸਾ। ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਉਹ ਦਰਸ਼ਨਾਂ ਦੇ ਨਾਲ ਹੀ ਮਿਟੇਗੀ। ਇਹ ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ, ਇਸ ਨੂੰ ਬਿਰਹੋਂ ਦੀ ਪਿਆਸ ਵੀ ਕਿਹਾ ਜਾਂਦਾ। ਸੋ ਸਤਿਗੁਰੂ ਕਲਗੀਧਰ ਮਹਾਰਾਜ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਵਾਹਿਗੁਰੂ, ਤੋਰ ਭਜਨ ਕੀ ਰਹਿ ਪਿਆਸਾ, ਤੇਰੇ ਭਜਨ ਦੀ ਸਾਡੇ ਮਨ ਦੇ ਅੰਦਰ ਪਿਆਸ ਪੈਦਾ ਹੋ ਜਾਏ। ਅਤੇ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਇਹ ਸੇਧ ਦੇ ਰਹੇ ਹੈ। ਆਪਾਂ ਵੀ ਜਿੱਥੇ ਦੁਨੀਆਂ ਦੇ ਹੋਰ ਪਦਾਰਥ ਸੰਸਾਰ ਦੇ ਆ ਕੇ ਮੰਗਦੇ ਹਾਂ ਸਤਿਗੁਰੂ ਜੀ ਦੇ ਪਾਸੋਂ, ਉੱਥੇ ਨਾਲ ਨਾਲ ਬੇਨਤੀਆਂ ਕਰੀਏ, ਸਤਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਦੀ, ਆਪ ਜੀ ਦੇ ਭਜਨ ਬਾਣੀ ਦੀ ਸਾਡੇ ਮਨ ਦੇ ਅੰਦਰ ਪਿਆਸ ਪੈਦਾ ਹੋ ਜਾਏ, ਤੜਫ ਪੈਦਾ ਹੋ ਜਾਏ, ਇੱਛਾ ਤੰਗ ਪੈਦਾ ਹੋ ਜਾਏ। ਹੇ ਵਾਹਿਗੁਰੂ, ਆਪ ਕਿਰਪਾ ਕਰੋ, ਤੁਹਾਡੇ ਭਜਨ ਦੀ, ਤੁਹਾਡੇ ਸਿਮਰਨ ਬੰਦਗੀ ਦੀ ਸਾਡੇ ਮਨ ਦੇ ਅੰਦਰ ਪਿਆਸ ਤੜਫ ਪੈਦਾ ਹੋਵੇ। ਮਹਿ ਛਾਟ ਕੋਈ ਅਵਰ ਨਾ ਧਿਆਉ। ਗੁਰੂ ਕਲਗੀਧਰ ਮਹਾਰਾਜ ਜੀ ਬਚਨ ਕਹਿੰਦੇ, ਵਾਹਿਗੁਰੂ ਤੁਹਾਡੇ ਤੋਂ ਬਿਨਾਂ, ਤੁਮਹਿ ਛਾਟ, ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਮੈਂ ਨਹੀਂ ਧਿਆਵਾਂ, ਬਿਲਕੁਲ ਹੀ ਨਾ ਕਿਸੇ ਵੱਲ ਧਿਆਨ ਜਾਵੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਵਰ ਸਰੂਪ ਨੇ, ਮੈਂ ਆਪਣਾ ਸੁੱਤ ਦੋਹੇ ਨਿਵਾਜਾ, ਪਰਮਾਤਮਾ ਵਾਹਿਗੁਰੂ ਜੀ ਨੇ ਸੰਸਾਰ 'ਤੇ ਆਪਣਾ ਪੁੱਤਰ ਬਣਾ ਕੇ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਭੇਜਿਆ, ਅਤੇ ਹਜ਼ੂਰ ਤਾਂ ਸਾਨੂੰ ਸਿੱਖਿਆ ਦੇ ਰਹੇ ਹੈ। ਆਪਾਂ ਕਲਯੁਗੀ ਜੀਵ ਹਾਂ, ਔਗਣਾਂ ਦੇ ਭਰੇ ਹੋਏ ਹਾਂ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਆਪਾਂ ਇਹ ਬਾਣੀ ਦਾ ਪਾਠ ਕਰਨਾ, ਸਿੱਖ ਆਪਣੀ ਸੁਰਤ ਨੂੰ ਜੋੜ ਕੇ ਨਾਲ ਨਾਲ ਬੇਨਤੀਆਂ ਕਰੇ ਕਿ ਵਾਹਿਗੁਰੂ ਆਪ ਜੀ ਦੇ ਭਜਨ ਦੀ ਸਾਡੇ ਮਨ ਦੇ ਅੰਦਰ ਤੜਫ ਪੈਦਾ ਹੋ ਜਾਏ, ਸਾਡੇ ਮਨ ਦੇ ਅੰਦਰ ਭਜਨ ਬੰਦਗੀ ਕਰਨ ਦਾ ਚਾਅ ਅਤੇ ਉਤਸ਼ਾਹ ਪੈਦਾ ਹੋ ਜਾਏ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਸਾਡੇ ਮਨ ਦੇ ਅੰਦਰ ਚਾਅ ਅਤੇ ਉਤਸ਼ਾਹ ਪੈਦਾ ਹੋ ਜਾਏ। ਉੱਥੇ ਨਾਲ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ। ਇਹ ਨਾ ਹੋਵੇ ਕਿ ਇੱਕ ਪਾਸੇ ਅਸੀਂ ਸਤਿਗੁਰੂ ਜੀ ਦੇ ਕੋਲੋਂ ਵੀ ਆ ਕੇ ਮੰਗਦੇ ਹਾਂ ਅਤੇ ਦੂਜੇ ਪਾਸੇ ਅਸੀਂ ਹੋਰ ਵੀ ਥਾਵਾਂ 'ਤੇ ਮੱਥੇ ਟੇਕਦੇ ਰਹੀਏ, ਕਦੇ ਕਿਸੇ ਦੇ ਕੋਲ, ਕਦੇ ਕਿਸੇ ਦੇਵੀ ਦੇਵਤੇ ਦੇ ਪਾਸ ਜਾ ਕੇ। ਸਤਿਗੁਰੂ ਮਹਾਰਾਜ ਜੀ ਨੇ ਤਾਂ ਰਹਿਤਨਾਮਿਆਂ ਦੇ ਵਿੱਚ ਬਚਨ ਕੀਤੇ, ਗੁਰੂ ਕਲਗੀਧਰ ਜੀ ਦੀ ਦਸਮ ਬਾਣੀ ਦੇ ਵਿੱਚ ਵੀ ਵਾਕ ਆਉਂਦਾ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮੱਟ ਭੂਲ ਨਾ ਮਾਨੈ।
ਇਹ ਖਾਲਸੇ ਦਾ ਆਦਰਸ਼ ਹੈ। ਖਾਲਸਾ ਕਿਹੋ ਜਿਹਾ ਹੋਣਾ ਚਾਹੀਦਾ? ਗੁਰੂ ਕਲਗੀਧਰ ਮਹਾਰਾਜ ਜੀ ਨੇ ਤਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੀ ਇਹ ਬਚਨ ਆਖੇ ਨੇ। ਹਜ਼ੂਰ ਨੇ ਬਚਨ ਕੀਤੇ ਹਨ ਕਿ ਮੜੇ ਮਸਾਨ ਨਾ ਜਾਈ, ਕਿ ਗੁਰੂ ਕੇ ਸਿੱਖ ਨੇ ਕਦੇ ਮੜੀਆਂ ਮਸਾਨਾਂ 'ਤੇ ਨਹੀਂ ਜਾਣਾ। ਰਹਿਤਨਾਮਿਆਂ ਦੇ ਵਿੱਚ ਇਹ ਬਚਨ ਆਉਂਦੇ ਨੇ, ਭੂਤ ਪ੍ਰੇਤ ਔਰ ਮੜੀ ਮਸਾਨ ਨਹਿ ਮਾਨੇ ਗੁੱਗਾ ਸੁਲਤਾਨ। ਅੱਜ ਅਸੀਂ ਇੱਕ ਪਾਸੇ ਸਤਿਗੁਰੂ ਜੀ ਦੇ ਕੋਲ ਵੀ ਆਉਂਦੇ ਹਾਂ ਅਤੇ ਦੂਜੇ ਪਾਸੇ ਅਸੀਂ ਸਾਰਿਆਂ ਨੂੰ ਵੀ ਖੁਸ਼ ਰੱਖਣਾ ਚਾਹੁੰਦੇ ਹਾਂ। ਦੋ ਬੇੜੀਆਂ ਦੇ ਉੱਪਰ ਮਨੁੱਖ ਕਦੇ ਪਾਰ ਨਹੀਂ ਲੰਘਦਾ, ਇਸ ਕਰਕੇ ਹਮੇਸ਼ਾ ਇੱਕ ਗੁਰੂ ਦੀ ਸ਼ਰਨ ਲੈ ਕੇ ਅਤੇ ਪੂਰੇ ਗੁਰੂ ਦੀ ਸ਼ਰਨ ਲੈ ਕੇ ਅਤੇ ਪੂਰੇ ਗੁਰੂ ਦੇ ਚਰਨਾਂ ਵਿੱਚ ਹੀ ਬੇਨਤੀਆਂ ਕਰੇ। ਕਈ ਜਿਹੜੇ ਲੋਕ ਕਹਿੰਦੇ ਜੀ ਗੁਰੂ ਕਲਗੀਧਰ ਜੀ ਨੇ ਦੇਵੀ ਦੀ ਪੂਜਾ ਕੀਤੀ ਹੈ, ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਤਾਂ ਆਪ ਲਿਖ ਕੇ ਬਚਨ ਕਹਿ ਰਹੇ ਨੇ, ਤੁਮਹਿ ਛਾੜ ਕੋਈ ਅਵਰ ਨਾ ਧਿਆਉਂ। ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਕੋਈ ਵਜਨ ਹੀ ਨਹੀਂ ਰਹਿ ਜਾਂਦਾ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕੋਈ ਅਵਰ ਨਾ ਧਿਆਉਂ, ਅਸੀਂ ਹੋਰ ਕਿਸੇ ਦੂਜੇ ਤੀਜੇ ਨੂੰ ਨਹੀਂ ਧਿਆਵਾਂਗੇ। ਇਹ ਹਜ਼ੂਰ ਨੇ ਸਾਨੂੰ ਸਿੱਖਿਆ ਦਿੱਤੀ ਹੈ। ਹਜ਼ੂਰ ਸਾਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਕੀ ਥਾਂ ਥਾਂ 'ਤੇ ਜਾ ਕਰਕੇ ਕਿਸੇ ਦੀਆਂ ਮਨੌਤਾਂ ਵਿੱਚ ਨਾ ਪੈ ਜਾਇਓ, ਬੇਨਤੀਆਂ ਕਰਿਆ ਕਰੋ, ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਨਾ ਧਿਆਵਾਂ। ਜੋ ਵਰ ਚਾਹੋ ਸੋ ਤੁਮਤੇ ਪਾਓ। ਜਿਹੜਾ ਵੀ ਅਸੀਂ ਵਰ ਆਸ਼ੀਰਵਾਦ ਚਾਹੀਏ ਉਹ ਤੁਹਾਡੇ ਤੋਂ ਹੀ ਪ੍ਰਾਪਤ ਕਰੀਏ। ਦੇਖੋ ਕਿੰਨਾ ਵੱਡਾ ਵਿਸ਼ਵਾਸ ਗੁਰੂ ਕਲਗੀਧਰ ਮਹਾਰਾਜ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਸਾਡਾ ਬਣਾ ਰਹੇ ਹੈ ਕਿ ਵਾਹਿਗੁਰੂ ਜੀ ਕੋਈ ਵੀ ਜਿਹੜਾ ਕੋਈ ਆਸ਼ੀਰਵਾਦ ਹੈ, ਕੋਈ ਵਰਦਾਨ ਹੈ, ਵਰ ਹੈ, ਉਹ ਮੈਂ ਪ੍ਰਾਪਤ ਕਰਾਂ ਅਤੇ ਤੁਹਾਡੇ ਕੋਲੋਂ ਹੀ ਪ੍ਰਾਪਤ ਕਰਾਂ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਦਸਮ ਬਾਣੀ ਦੇ ਵਿੱਚ ਇਹ ਬਚਨ ਆਉਂਦਾ, ਦੇਹ ਸ਼ਿਵਾ ਵਰ ਮੋਹੇ ਇਹ ਹੈ। ਇੱਥੇ ਕਈ ਜਿਹੜੇ ਅਣਜਾਣ ਲੋਕ ਕਈ ਸ਼ਿਵਾ ਦਾ ਅਰਥ ਕੋਈ ਸ਼ਿਵਜੀ ਕਰ ਲੈਂਦੇ ਹੈ। ਸਾਧ ਸੰਗਤ ਜੀ, ਸ਼ਿਵਾ ਦਾ ਅਰਥ ਹੈ ਅਕਾਲ ਪੁਰਖ ਪਰਮਾਤਮਾ, ਸ਼ਿਵਾ ਦਾ ਅਰਥ ਹੈ ਕਲਿਆਣ ਸਰੂਪ, ਜਿਹੜਾ ਕਲਿਆਣ ਕਰਨ ਵਾਲਾ ਹੈ। ਇਹ ਕੰਨਾਂ ਲੱਗਿਆ ਹੋਣ ਕਰਕੇ ਇਹ ਸੰਬੋਧਕ ਵਚਨ ਬਣ ਗਿਆ ਹੈ। ਜੈਸੇ ਗੁਰਾ ਇੱਕ ਦੇਹ ਬੁਝਾਈ, ਉੱਥੇ ਕੰਨਾਂ ਲੱਗਿਆ ਉਹ ਸੰਬੋਧਨ ਵਾਚਕ ਸ਼ਬਦ ਬਣ ਜਾਂਦਾ। ਦੇਹ ਸ਼ਿਵਾ ਵਰ ਮੋਹੇ ਇਹ ਹੈ, ਹੇ ਸ਼ਿਵਾ ਕਲਿਆਣ ਸਰੂਪ ਪਰਮਾਤਮਾ ਵਾਹਿਗੁਰੂ ਜੀ ਮੈਨੂੰ ਇਹ ਵਰ ਦੇਵੋ। ਗੁਰੂ ਕਲਗੀਧਰ ਮਹਾਰਾਜ ਜੀ ਆਖਦੇ ਹੈ, ਦੇਹ ਸ਼ਿਵਾ ਵਰ ਮੋਹੇ ਇਹ ਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋ, ਨਾ ਟਰੋ ਅਰ ਸੋ ਜਬ ਜਾਏ ਲਰੋ, ਨਿਹਚੈ ਕਰੇ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕਹੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਔਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਜਿਹੜਾ ਵਰਦਾਨ ਸਤਿਗੁਰੂ ਕਲਗੀਧਰ ਜੀ ਪਰਮਾਤਮਾ ਦੇ ਕੋਲੋਂ ਹੀ ਮੰਗਦੇ ਹੈ, ਹੋਰ ਕਿਸੇ ਤੁਮੈਂ ਛਾੜ ਕੋਈ ਅਵਰ ਨਾ ਧਿਆਉਂ। ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਅਸੀਂ ਨਹੀਂ ਧਿਆਵਾਂਗੇ, ਨਹੀਂ ਧਿਆਉਂਦੇ। ਅਤੇ ਜੋ ਵਰ ਚਾਹੋ, ਜਿਹੜਾ ਵੀ ਅਸੀਂ ਵਰ ਆਸ਼ੀਰਵਾਦ ਚਾਹੀਏ ਸੋ ਤੁਮ ਤੇ ਪਾਉਂ, ਉਹ ਤੁਹਾਡੇ ਤੋਂ ਹੀ ਅਸੀਂ ਪਾਈਏ। ਸੇਵਕ ਸਿੱਖ ਹਮਾਰੇ ਤਾਰੀਆ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਬਚਨ ਕਹਿੰਦੇ ਨੇ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਸੇਵਕ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਨ ਵਾਲੇ ਹਨ, ਉਹਨਾਂ ਨੂੰ ਸੇਵਕ ਕਿਹਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਸੇਵਕ ਨੂੰ ਮੁਰੀਦ ਵੀ ਕਿਹਾ ਹੈ। ਅਰਬੀ ਦੇ ਵਿੱਚ ਮੁਰੀਦ ਕਿਹਾ ਜਾਂਦਾ ਸੇਵਕ ਨੂੰ, ਸੇਵਾਦਾਰ ਨੂੰ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਸੇਵਕ ਦੇ ਲੱਛਣ ਦੱਸੇ ਨੇ ਕਿ ਸੇਵਕ ਕੌਣ ਹੈ। ਉਂਝ ਤਾਂ ਆਪਾਂ ਸਾਰੇ ਹੀ ਸੇਵਕ ਸਦਵਾ ਲੈਂਦੇ ਹਾਂ। ਸੇਵਕ ਦਾ ਮਹਾਂਪੁਰਸ਼ ਇੱਕ ਐਸਾ ਅਰਥ ਕਰਦੇ ਨੇ ਜਿਸ ਦੇ ਜੀਵਨ ਦੇ ਅੰਦਰ ਸੱਸੇ ਤੋਂ ਭਾਵ ਹੈ ਸਿਮਰਨ ਹੋਵੇ, ਸੱਸੇ ਤੋਂ ਭਾਵ ਹੈ ਸੇਵਾ ਹੋਵੇ, ਵਾਹਵੇ ਤੋਂ ਭਾਵ ਹੈ ਸੇਵਾ ਸਿਮਰਨ ਦੇ ਨਾਲ ਫਿਰ ਵਿਵੇਕ ਹੋਵੇ,
ਕੱਕੇ ਤੋਂ ਭਾਵ ਹੈ ਕਿਰਤ, ਜਿਸ ਦੇ ਜੀਵਨ ਦੇ ਅੰਦਰ ਕਿਰਤ ਹੈ, ਜਿਸ ਦੇ ਜੀਵਨ ਦੇ ਵਿੱਚ ਸਿਮਰਨ ਹੈ, ਜਿਸ ਦੇ ਜੀਵਨ ਦੇ ਵਿੱਚ ਵਿਵੇਕ ਹੈ, ਉਹ ਅਸਲ ਵਿੱਚ ਸੇਵਕ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ, ਹਜ਼ੂਰ ਕਹਿੰਦੇ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਸ ਮਨੁੱਖ ਦੇ ਮਨ ਦੇ ਅੰਦਰ ਸੇਵਾ ਕਰਕੇ ਵੀ ਕੁਝ ਹੰਗਤਾ ਅਤੇ ਹੰਕਾਰ ਆ ਗਿਆ, ਉਹ ਸੇਵਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ, ਸੇਵਕ ਕੌਣ ਹੈ? ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਵੀ ਬਚਨ ਕੀਤੇ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਸਤਿਗੁਰੂ ਜੀ ਨੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਸਾਰੀ ਅਸ਼ਟਪਦੀ ਦੇ ਅੰਦਰ ਸੇਵਕ ਦੇ ਲੱਛਣ ਵੀ ਦੱਸੇ ਨੇ ਅਤੇ ਸੇਵਕ ਦੀਆਂ ਜਿਹੜੇ ਕੁਝ ਫਰਜ਼ ਨੇ, ਜ਼ਿੰਮੇਵਾਰੀਆਂ ਨੇ, ਉਹ ਵੀ ਦੱਸੀਆਂ ਨੇ। ਠਾਕੁਰ ਕਾ ਸੇਵਕ ਆਗਿਆਕਾਰੀ ਜਾਂ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ, ਜਿਹੜਾ ਇਹੋ ਜਿਹਾ ਸੇਵਕ ਹੈ, ਫਿਰ ਹਰ ਕਾ ਸੇਵਕ ਸੋ ਹਰ ਜਿਹਾ, ਉਹ ਪਰਮਾਤਮਾ ਵਰਗਾ ਹੀ ਬਣ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ, ਸੇਵਕ ਕੀ ਓੜਕ ਨਿਵਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਸੇਵਕ ਕੌਣ ਹੈ? ਜਿਹੜਾ ਮਨ ਵਿਰਤੀ ਨੂੰ ਨੀਵਾਂ ਕਰਕੇ ਸੇਵਾ ਕਰਨ ਵਾਲਾ ਹੈ, ਨਿਸ਼ਕਾਮਤਾ ਦੇ ਨਾਲ ਸੇਵਾ ਕਰਨ ਵਾਲਾ ਹੈ, ਉਹ ਸੇਵਕ ਹੈ। ਸੇਵਕ ਸਿੱਖ, ਦੂਸਰਾ ਸ਼ਬਦ ਸਤਿਗੁਰੂ ਜੀ ਨੇ ਸਿੱਖ ਵਰਤਿਆ ਹੈ। ਸਿੱਖ ਕੌਣ ਹੈ? ਹਜ਼ੂਰ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲੇ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਇਹ ਸਿੱਖ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਿੱਖ ਦਾ ਜੀਵਨ ਲਿਖਿਆ ਹੈ ਕਿ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸਾਲ ਦੀ ਸੁਰਤ ਕਰੰਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖ ਦੀ ਪਰਿਭਾਸ਼ਾ ਲਿਖੀ ਹੈ, ਸਾਨੂੰ ਦੱਸਿਆ ਵੀ ਸਿੱਖ ਕੌਣ ਹੈ। ਸਿੱਖ ਕਹਾ ਲੈਣਾ ਸੌਖਾ ਅਤੇ ਸਿੱਖ ਦੇ ਜੀਵਨ ਗੁਣ ਅਪਣਾਉਣੇ ਕਠਿਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਹਜ਼ੂਰ ਨੇ ਜਿਹੜੇ ਜਿਹੜੇ ਸ਼ਬਦ ਵਰਤੇ ਨੇ ਅਤੇ ਫਿਰ ਉਹਨਾਂ ਦੀ ਵਿਆਖਿਆ ਵੀ ਕੀਤੀ ਹੈ, ਅਤੇ ਹਜ਼ੂਰ ਦੀ ਜਦੋਂ ਅਸੀਂ ਪਾਵਨ ਬਾਣੀ ਨੂੰ ਗੁਰਸਿੱਖ ਪਿਆਰ ਦੇ ਨਾਲ ਭਿੱਜ ਕੇ ਪੜ੍ਹਾਂਗੇ ਅਤੇ ਸਾਨੂੰ ਸਮਝ ਪੈਂਦੀ ਹੈ ਵੀ ਅਸੀਂ ਸਿੱਖ ਹਾਂ ਕਿ ਨਹੀਂ। ਇੱਕ ਥਾਂ 'ਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਹੈ, ਹਜ਼ੂਰ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰਮਾਂ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਕਿ ਸਤਿਗੁਰੂ ਜੀ ਸਿੱਖ ਕੌਣ ਹੈ, ਸੇਵਕ ਕੌਣ ਹੈ, ਸੰਬੰਧੀ ਰਿਸ਼ਤੇਦਾਰ ਕੌਣ ਹੈ, ਅਤੇ ਹਜ਼ੂਰ ਨੇ ਪਾਵਨ ਬਾਣੀ ਦੇ ਵਿੱਚ ਵਾਕ ਬਚਨ ਕੀਤੇ ਨੇ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ, ਉਹ ਅਸਲ ਵਿੱਚ ਸਿੱਖ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ, ਇੱਕ ਸਿੱਖ ਦੋਏ ਸਾਧ ਸੰਗਤ ਪੰਜੀ ਪਰਮੇਸ਼ਰ, ਐਸੇ ਬਚਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਮਿਲਦੇ ਹੈ। ਹਜ਼ੂਰ ਕਲਗੀਧਰ ਜੀ ਇੱਥੇ ਬਚਨ ਕਹਿੰਦੇ ਨੇ, ਸੇਵਕ ਸਿੱਖ ਹਮਾਰੇ ਤਾਰੀ ਹੈ, ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਸੇਵਕ ਹੈ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਸਿੱਖ ਹੈ, ਸੇਵਕ ਸਿੱਖ ਹਮਾਰੇ ਤਾਰੀ ਹੈ, ਵਾਹਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤੁਸੀਂ ਤਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਜਿਹੜੇ ਚੁਣ ਚੁਣ ਕੇ ਸਾਡੇ ਅੰਦਰ ਵੈਰ ਪੁਣਾ ਹੈ, ਵੈਰੀ ਪੁਣਾ ਸਾਡਾ ਅੰਦਰੋਂ ਹੈ, ਇਹ ਕਿਰਪਾ ਕਰਕੇ ਖਤਮ ਕਰ ਦਿਓ, ਅਤੇ ਬਾਹਰਲੇ ਵੀ ਦੁਸ਼ਮਣ ਵੈਰੀਆਂ ਨੂੰ ਖਤਮ ਕਰ ਦਿਓ।
इस तरह साध संगत जी ये सतगुरु कलगीधर सच्चे पातशाह जी सानू अमृतमई बाणी चौपाई साहब जो बहुत ही बाकमाल सतगुरु जी की अमृत बाणी की ये हजूर की रचना है तो बहुत ही सतगुरु जी की अमृत बाणी के सुंदर अमोलक विचार हैं आपां रल मिल के सांझे करते हाँ विचारते हाँ मन बाणी नूं एकागर करके जदों ये बाणी का पाठ करना आपां भी नाल नाल अपने वल्लों बेनतियां करिए सतगुरु जी की बख्शिश दे पात्र बणांगे विचार करदियां होईआं भुल्लां गलतियां नूं खिमा करना जी सरबत संगत का हार्दिक धन्नवाद जो अगला प्रोग्राम है सत्कारयोग ढाडी सिंह साहबाना का वो आप जी प्यार सहित गुरु का जस सरवण करो आखिरी पंक्तियां पढ़ के समाप्ति करिए सेवक सिख हमारे तारिया है चुन चुन सतर हमारे मारिया है वाहिगुरु जी का खालसा वाहिगुरु जी की फतेह आए प्रभु शरणागति कृपा निध दयाल एक अखर हर मन वस्त नानक होत निहाल वाहिगुरु नाम जहाज है चढ़े सो उतरे पार जो सरदा कर सेवंदे पार उतारन हार ਜੋ ਸਰਦਾ ਕਰ ਸੇਵਨ ਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ।